ਇੱਕ ਰੁੱਖ ਸੌ ਸੁੱਖ। ਇੱਕ ਰੁੱਖ ਜਿਸ ਤੋਂ ਸਾਨੂੰ ਸੌ ਸੁੱਖ ਮਿਲਦੇ ਨੇ, ਉਹ ਸਾਨੂੰ ਠੰਡੀ ਹਵਾ, ਸਾਫ ਆਕਸੀਜਨ, ਮਿੱਠੇ ਫਲ ਤੇ ਹੋਰ ਵੀ ਬਹੁਤ ਕੁਝ ਦਿੰਦਾ ਹੈ। ਪਰ ਫਿਰ ਵੀ ਕਈ ਅਜਿਹੇ ਲੋਕ ਨੇ ਜੋ ਇਹਨਾਂ ਦੀ ਅਹਿਮੀਅਤ ਨਾ ਸਮਝਦੇ ਹੋਏ ਇਹਨਾਂ ਨੂੰ ਵੱਢ ਕੇ ਬਹੁਤ ਕੁਝ ਗਵਾ ਬੈਠਦੇ ਨੇ। ਤੇ ਕਈ ਲੋਕ ਅਜਿਹੇ ਹੁੰਦੇ ਨੇ ਜੋ ਬੂਟਿਆਂ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਨੇ, ਜਿਨ੍ਹਾਂ ਨੂੰ ਹਰਿਆਲੀ ਤੇ ਪੇੜ ਪੌਦੇ ਬਹੁਤ ਪਸੰਦ ਹੁੰਦੇ ਨੇ। ਉਹਨਾਂ ਵਿੱਚੋਂ ਇੱਕ ਮਿਸਾਲ ਹਨ ਰੋਜ਼ਾਨਾ ਪਹਿਰੇਦਾਰ ਦੇ ਪੱਤਰਕਾਰ ਸਰਦਾਰ ਗੁਰਧਿਆਨ ਸਿੰਘ ਜੀ, ਜੋ ਹਰ ਸਾਲ ਆਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਉਂਦੇ ਨੇ। ਇਸ ਵਾਰ ਵੀ ਉਹਨਾਂ ਵੱਲੋਂ ਆਪਣੇ ਜਨਮ ਦਿਨ ਤੇ 200 ਤੋਂ 250 ਬੂਟਾ ਲਗਾਉਣ ਦੀ ਸ਼ੁਰੂਆਤ ਕੀਤੀ ਗਈ।